ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਗੁੱਡ ਮੋਰਨਿੰਗ। ਆਸ਼ਾ ਕਰਦੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ ਜੀ। ਲਓ ਜੀ, ਅੱਜ ਆਪਾਂ ਆਏ ਸੀ ਹਾਤੇ ਵਿੱਚ, ਇੱਥੇ ਲੈਣ ਆਏ ਸੀ ਮੈਂ ਪਾਥੀਆਂ। 5-6 ਦਿਨਾਂ ਬਾਅਦ ਮੇਰਾ ਗੇੜਾ ਲੱਗਿਆ ਅਤੇ ਕਿਆਰੀਆਂ ਸਾਰੀਆਂ ਨੂੰ ਪਾਣੀ ਲੱਗ ਗਿਆ ਹੈ। ਥੋੜ੍ਹਾ ਜਿਹਾ ਆਪਾਂ ਘੁੰਮਦੇ ਹਾਂ, ਫਿਰ ਲੈ ਕੇ ਜਾਊਂਗੀ ਮੈਂ ਪਾਥੀਆਂ। ਇੱਧਰ ਦੇਖਦੇ ਹਾਂ ਕੀ ਉੱਗ ਗਿਆ, ਹੋਰ ਕੁਛ ਹਜੇ ਤਾਂ ਕੁਛ ਲਾਇਆ ਨੀਗਾ। ਥੋੜ੍ਹੀ ਥੋੜ੍ਹੀ ਹਵਾ ਚੱਲ ਰਹੀ ਹੈ, ਵਧੀਆ ਠੰਡਕ ਜੀ ਹੈ ਸਵੇਰੇ ਸਵੇਰੇ। ਅਸੀਂ ਹਜੇ ਦਿਨੇ ਗਰਮੀ ਬਹੁਤ ਪੈਂਦੀ ਹੈ, ਦਿਵਾਲੀ ਆਉਣ ਦਾ ਟਾਈਮ ਆ ਗਿਆ, ਮਹੀਨਾ ਰਹਿ ਗਿਆ, ਪਰ ਫਿਰ ਵੀ ਗਰਮੀ ਬਹੁਤ ਪੈਂਦੀ ਹੈ ਹਜੇ। ਇੱਧਰ ਘਾਹ ਵਗੈਰਾ ਉੱਗ ਗਿਆ ਆ, ਕਿੰਨੂ ਥੋੜ੍ਹੇ ਜਿਹੇ ਵੱਡੇ ਹੋ ਗਏ ਆ। ਇਹ ਦੇਖੋ ਕਿੰਨੂ ਜਿਹੜੇ ਆ ਵੱਡੇ ਹੋਣੇ ਸ਼ੁਰੂ ਹੋ ਗਏ ਆ। ਇੱਧਰ ਲੱਗੇ ਪਏ ਆ 2 ਆਰੇ, ਵਧੀਆ। ਇਹ ਬਦਾਮਾਂ ਦਾ ਬੂਟਾ ਪਤਾ ਨਹੀਂ ਕਿਉਂ ਸੁੱਕਣਾ ਸ਼ੁਰੂ ਹੋ ਗਿਆ ਪੱਤੇ, ਅਤੇ ਹੋਰ ਕਿਸੇ ਹਜੇ ਫਲ ਲੱਗਿਆ ਨਹੀਂ। ਅਨਾਰਾਂ ਅਮਰੂਦਾਂ ਦੇ ਨੂੰ ਵੀ ਨਹੀਂ ਲੱਗਿਆ, ਛੋਟੇ ਛੋਟੇ ਲੱਗੇ ਹੋਏ ਆ ਬਸ। ਉਹ ਜਿੰਨੇ ਕੁ ਪਹਿਲਾਂ ਲੱਗੇ ਹੋਏ ਸੀ ਉਨੇ ਕੁ ਲੱਗੇ ਹੋਏ ਆ ਵਾਲੇ। ਇੱਧਰ ਇਹਨੂੰ ਵੀ ਇੰਨੇ ਕੁ ਲੱਗੇ ਹੋਏ ਆ। ਅੰਗੂਰਾਂ ਦੀ ਵੇਲ ਭਰ ਤਾਂ ਪੂਰੀ ਗਈ ਹੈ, ਹਜੇ ਫਲ ਦਾ ਪਤਾ ਨਹੀਂ ਕਦੋਂ ਲੱਗਣਾ ਸ਼ੁਰੂ ਹੋਊਗਾ। ਇੱਧਰ ਦੇਖਦੇ ਹਾਂ ਕੋਈ ਤੋਰੀਆਂ ਲੱਗੀਆਂ ਹੋਣ। ਆ ਲੱਗੀ ਪਈ ਤੋਰੀ, ਹੋਰ ਕੋਈ ਲੱਗੀ ਹੋਈ ਤਾਂ ਇਹ ਵੀ ਵੇਲ ਹੁਣ ਸੁੱਕ ਗਈ ਵਿੱਚ, ਕਿਉਂਕਿ ਹੁਣ ਮੌਸਮ ਜਾ ਰਿਹਾ ਇਹਨਾਂ ਸਬਜ਼ੀਆਂ ਦਾ ਨਾ। ਉਹ ਬੂਟਾ ਬਿਲਕੁਲ ਨਾਲ ਲੱਗ ਗਿਆ ਇੱਕ ਦੂਜੇ ਦੇ, ਆੜੂਆਂ ਵਾਲਾ ਅਤੇ ਕਿੰਨੂਆਂ ਵਾਲਾ ਜਮਾ ਨਾਲ। ਤਾਂ ਹੀ ਹੁਣ ਇੱਥੇ ਕੁਛ ਬੀਜ ਹੀ ਨਹੀਂ ਰਹੇ, ਕਹਿੰਦੇ ਫਿਰ ਜਗ੍ਹਾ ਘੱਟ ਰਹਿ ਜਾਣੀਆਂ। ਉਹ ਦੇਖੋ ਉੱਧਰ, ਉਹ ਅਮਰੂਦਾਂ ਵਾਲਾ, ਉਹ ਅਮਰੂਦਾਂ ਵਾਲਾ, ਆ ਕਿੰਨੂਆਂ ਵਾਲਾ, ਆਹ ਕਿੰਨੂਆਂ ਵਾਲਾ ਵੱਡਾ ਹੋ ਜੂਗਾ, ਜਗ੍ਹਾ ਸਾਰੀ ਘਿਰ ਜੂਗੀ, ਇੱਥੇ ਕੋਈ ਜਗ੍ਹਾ ਨਹੀਂ ਰਹਿਣੀ। ਫਿਰ ਆ ਕੇਲੇ ਵਾਲਾ, ਚਲੋ ਇਹ ਤਾਂ ਇੰਨੀ ਜਗ੍ਹਾ ਨਹੀਂ ਲੈਂਦਾ ਗਾ, ਬਸ ਆਹ ਕਿਆਰੀ ਵਿਹਲੀ ਆ। ਜਾਂ ਇੱਥੇ ਕੁਛ ਲੱਗ ਜੂਗਾ, ਇੱਥੇ ਪੱਠੇ ਬੀਜ ਲੈਂਦੇ ਹੁੰਦੇ। ਇੱਕ ਤੋਰੀ ਆਹ ਲੱਗੀ ਪਈ ਇੱਧਰ, ਵਿੱਚਾਂ ਵੀ ਕੁਛ ਲੱਗੀਆਂ ਪਈਆਂ, ਤਾਂ ਪੱਕੀਆਂ ਪਈਆਂ, ਤੋੜੀਆਂ ਹੀ ਨਹੀਂ ਗੀਆਂ। ਲਓ ਫੁੱਲ ਪੱਕ ਗਏ 3। ਵੈਸੇ ਹੁਣ ਉਹ ਹੋ ਹੀ ਜਾਂਦੀ, ਕੁਛ ਖੇਤੋਂ ਆ ਜਾਂਦੀ ਸਬਜ਼ੀ, ਤੋਰੀਆਂ ਦੀ ਚਿੱਬੜ ਲੱਗੇ ਪਏ ਆ, ਕੋਹ ਲੱਗੀ ਪਈ ਉੱਧਰ। ਹੁਣ ਪਤਾ ਨਹੀਂ ਖਾਣ ਨੂੰ ਨਹੀਂ ਜੀ ਕਰਦਾ, ਤਾਂ ਹੀ ਤੋੜ ਕੇ ਨਹੀਂ ਲੱਗੇ ਰਾਜਵਿੰਦਰ, ਖਾ ਖਾ ਕੇ ਪਏ ਤੋਰੀਆਂ ਦੀ ਸਬਜ਼ੀ। ਚਿੱਬੜ ਹਜੇ ਕੱਚੇ ਆ, ਚਲੋ ਮਿਰਚਾਂ ਤੋੜ ਲੈਂਦੇ ਹਾਂ ਜਿੰਨੀਆਂ ਕੁ ਲੱਗੀਆਂ। ਮੈਂ ਤਾਂ ਕੁਛ ਟੋਕਰੀ ਵਗੈਰਾ ਵੀ ਨਹੀਂ ਲੈ ਕੇ ਆਈ। ਕੀੜੇ ਬਹੁਤ ਚੜੇ ਫਿਰਦੇ ਰਹਿੰਦੇ। ਇਹ ਵਾਲੀ ਲਾਲ ਹੋ ਗਈ, ਤਿੱਤਲੀ ਉੱਡ ਰਹੀ ਹੈ, ਤਿੱਤਲੀ ਯੈਲੋ ਯੈਲੋ। ਵੇਲ ਦੇ ਨਾਲ ਦੀ ਬਿਲਕੁਲ ਪੂਰਾ ਡੱਬਾ ਲਿਆਉਂਦੀ, ਚੱਕ ਕੇ ਉਸ ਵਿੱਚ ਪਾ ਲੈਣੀ। ਕਬੂਤਰ ਖੜਕਾ ਕਰ ਰਹੇ ਟੀਨਾ 'ਤੇ, ਟੋਕਰੀ ਮੈਂ ਲੈ ਕੇ ਨਹੀਂ ਆਈ। ਇਹ ਦੇਖੋ ਪੁਦੀਨਾ ਵੀ ਕਿੰਨਾ ਫੈਲ ਗਿਆ, ਇਸੇ ਵਿੱਚ ਪਾ ਲੈਂਦੇ ਮਿਰਚਾਂ ਤੋੜ ਕੇ।
ਇਸ ਬੂਟੇ ਨੂੰ ਕਾਫੀ ਲੱਗੀਆਂ ਹੋਈਆਂ ਮਿਰਚਾਂ। ਮੁਰਗੇ ਕਰ ਰਹੇ ਆ ਮਸਤੀ ਸਵੇਰੇ ਸਵੇਰੇ। ਕੱਲ ਇੱਧਰ ਆਏ ਸੀ ਪ੍ਰੈਸ ਵਾਲੇ ਆਪਣੇ ਪੋਇਟਰੀ ਫਾਰਮ ਦਾ ਕੁਛ ਲਿਖਣ ਵਾਸਤੇ, ਹੈ ਨਾ, ਉਸਦੇ ਬਾਰੇ ਕੁਛ ਇੰਟਰਵਿਊ ਲੈਣ ਆਏ ਸੀਗੇ। ਪਰ ਫਿਰ ਰਾਜਿੰਦਰ ਕਹਿੰਦੇ ਵੀ ਹੁਣ ਤਾਂ ਐਤਕੀ ਗਰਮੀ ਬਹੁਤ ਜ਼ਿਆਦਾ ਪੈਣ ਕਰਕੇ ਅਸੀਂ ਛੇਤੀ ਬੰਦ ਕਰਤੀ ਮਸ਼ੀਨ, ਅਤੇ ਕੁਛ ਸੇਲ ਹੋ ਗਏ, ਥੋੜ੍ਹੇ ਜਿਹੇ ਰਹਿ ਗਏ। ਇੰਨੇ ਕਦੇ ਤੁਸੀਂ ਕੀ ਬਣਾਓਗੇ ਵੀਡੀਓ, ਅਤੇ ਨੈਕਸਟ ਈਅਰ ਆਇਓ। ਇਸ ਵਾਰ ਗਰਮੀ ਬਹੁਤ ਜ਼ਿਆਦਾ ਸੀਗੀ, ਦੁਪਹਿਰ ਨੂੰ ਆਏ ਸੀ ਕੱਲ੍ਹ, ਅਤੇ ਕਹਿੰਦੇ ਅਸੀਂ ਪੋਲਟਰੀ ਫਾਰਮ ਦੇ ਬਾਰੇ ਸੁਣਿਆ ਅਤੇ ਅਸੀਂ ਪ੍ਰੈਸ ਦੇ ਵਿੱਚ ਨਿਊਜ਼ ਦੇਣੀ ਆ। ਚਲੋ ਨੈਕਸਟ ਈਅਰ ਰੱਬ ਵਧੀਆ ਮੌਸਮ ਰੱਖੇ ਅਤੇ ਫਿਰ ਕਾਫੀ ਹੋਣਗੇ। ਇੱਧਰ ਡੈਡੀ ਜੀ ਹੁਣੇ ਵੀ ਆ ਗਏ। ਹੁਣ ਅਸੀਂ ਸਵਾਂਜਣੇ ਦਾ ਲਾਉਣਾ, ਹੋਰ ਸਾਨੂੰ ਇਹ ਵੀ ਕਿੱਥੇ ਲਾਈਏ, ਜਗ੍ਹਾ ਹੈ ਨੀ ਗੀ, ਸਵਾਂਜਣੇ ਦਾ ਬੂਟਾ ਲਾਉਣਾ। ਉਹੀ ਹੁਣ ਜਗ੍ਹਾ ਨੀ ਬਚੀ ਜਾਂਦੀ, ਫੈਲ ਗਏ ਵਾਲੇ। ਸਵਾਂਜਣੇ ਦਾ ਤਾਂ ਜ਼ਿਆਦਾ ਜਗ੍ਹਾ ਤਾਂ ਨੀ ਘੇਰਦਾ, ਸਿੱਧਾ ਜਾਂਦਾ ਵਾਲੀ, ਉਹ ਫੈਲਦਾ ਨੀ ਉੱਤੇ ਨੂੰ ਜਾਂਦਾ ਨਾ। ਨਹੀਂ ਇਹਦੇ ਵੀ ਲੱਗੇ, ਉਰਲੇ ਦੇ ਵੀ, ਉਹਦੇ ਵੀ ਲੱਗੇ ਆ। ਬੂਟਾ ਦੇਖੋ ਕਿਵੇਂ ਭਰਿਆ ਪਿਆ, ਸਾਰੀਆਂ ਤੋੜਦੇ ਹਾਂ ਹੁਣ। ਦੇਖੋ ਇੰਨੀ ਕੁ ਸਬਜ਼ੀ ਹੋ ਗਈ, ਆ ਗਏ ਆ ਤਾਂ ਸਬਜ਼ੀ ਤਾਂ ਮਿਲ ਹੀ ਗਈ ਸਵੇਰੇ ਸਵੇਰੇ। ਕੁਛ ਪਾਵਾਂਗੇ ਵਿੱਚ ਮਿਰਚਾਂ, ਇਸ ਤਰ੍ਹਾਂ ਹੋ ਜਾਂਦਾ। ਬੀਜੀ ਹੋਵੇ ਸਬਜ਼ੀ ਤਾਂ ਕੁਛ ਨਾ ਕੁਛ ਤਾਂ ਮਿਲ ਹੀ ਜਾਂਦਾ। ਅੱਜ ਕੁਛ ਵੀ ਹੈ ਨਹੀਂ ਸੀ ਬਣਾਉਣ ਨੂੰ, ਮੈਂ ਕਿਹਾ ਚਲੋ ਗੇੜੀ ਕੱਢ ਕੇ ਆਉਂਦੇ ਗਾਰਡਨ 'ਚ, ਨਾਲੇ ਲੈ ਕੇ ਆਉਂਦੇ ਪਾਥੀਆਂ ਅਤੇ ਨਾਲੇ ਕੁਛ ਦੇਖ ਕੇ ਆਉਂਦੇ। ਆਏ ਤਾਂ ਦੇਖੋ ਸਬਜ਼ੀ ਮਿਲੀ ਗਈ। ਹੁਣ ਮੈਂ ਲੱਗੀ ਸੀਗੀ ਇਹ ਕਰੋਕਰੀ ਦੀ ਪਲੇਟ ਹੈ, ਇਹ ਵਿੱਚੋਂ ਕਰੈਕ ਹੋ ਗਈ ਹੈ ਅਤੇ ਹੁਣ ਇਹ ਕੰਮ ਦੀ ਤਾਂ ਹੈ ਨਹੀਂ। ਮੈਂ ਕਿਹਾ ਚਲੋ ਇਹਦਾ ਕੋਈ ਬਣਾ ਲੈਂਦੇ ਆਰਟ ਆਫ ਪੀਸ, ਅਤੇ ਮੇਰੇ ਕੋਲ ਕਲਰ ਤਾਂ ਪਏ ਸੀਗੇ, ਹੁਣ ਕਿਸੇ ਨਾ ਕਿਸੇ ਤਰੀਕੇ ਨਾਲ ਕਲਰ ਜਿਹੜੇ ਦੋ ਪਏ ਆ ਖਤਮ ਤਾਂ ਕਰਨੇ ਹੀ ਆ। ਜ਼ਿਆਦਾ ਟਾਈਮ ਪਏ ਤਾਂ ਇਹ ਵੀ ਸੁੱਕ ਜਾਣੇ ਆ, ਇਸ ਕਰਕੇ ਮੈਂ ਕਿਹਾ ਚਲੋ ਕੁਛ ਆਰਟ ਦਾ ਕੰਮ ਕੀਤਾ ਜਾਵੇ। ਇਹ ਪਲੇਟ ਬਹੁਤ ਦਿਨਾਂ ਦੀ ਮੈਂ ਦੇਖ ਰਹੀ ਸੀ, ਮੈਂ ਕਿਹਾ ਚਲੋ ਇਸ 'ਤੇ ਕੁਛ ਬਣਾਉਂਗੀ ਅਤੇ ਅੱਜ ਮੈਂ ਲੱਗੀ ਸੀਗੀ ਹੁਣ ਇਸ 'ਤੇ ਡਰੋ ਕਰਨ। ਮੈਂ ਕਿਹਾ ਚਲੋ ਕੁਛ ਫੁੱਲ ਵਗੈਰਾ ਬਣਾ ਲੈਂਦੇ ਹਾਂ, ਇੰਨੇ ਨਾਲ ਡੈਕੋਰੇਟਡ ਪੀਸ ਬਣ ਜੂਗਾ ਅਤੇ ਵੇਸਟ ਹੀ ਪਈ ਆ, ਕਿਉਂਕਿ ਹੁਣ ਕੰਮ ਦੀ ਤਾਂ ਹੈ ਨਹੀਂ ਕਿ ਇਹਦੇ ਵਿੱਚ ਕਰੈਕ ਪੈ ਗਿਆ ਆ, ਬਹੁਤ ਟਾਈਮ ਪੁਰਾਣੀ ਆ ਇਹ, ਅਤੇ ਇਸ ਕਰਕੇ ਮੈਂ ਬਣਾ ਰਹੀ ਸੀਗੀ। ਅਤੇ ਇਸ ਤਰ੍ਹਾਂ ਆਪਾਂ ਕੋਈ ਵੀ, ਹੈ ਨਾ, ਆਰਟ ਆਫ ਪੀਸ ਬਣਾ ਸਕਦੇ ਹਾਂ, ਇੱਕ ਜਿਵੇਂ ਪਲਾਸਟਰ ਆਫ ਪੈਰਿਸ ਹੁੰਦਾ ਪਾਊਡਰ, ਹੈ ਨਾ, ਉਸ ਦੇ ਨਾਲ ਵੀ ਆਪਾਂ ਕੋਈ ਵੀ ਚੀਜ਼ ਬਣਾ ਕੇ ਉੱਤੇ ਪੇਂਟਿੰਗ ਕਰ ਸਕਦੇ ਹਾਂ। ਕੋਈ ਵੀ ਡੈਕੋਰੇਟਿਵ ਰੂਮ ਨੂੰ ਡੈਕੋਰੇਟ ਕਰਨ ਵਾਸਤੇ ਕੋਈ ਵੀ ਹੈਂਡ ਪੇਂਟਿੰਗ ਜਿਹੜੀ ਇੱਦਾਂ ਦਾ ਡਿਜ਼ਾਇਨ ਬਣਾ ਸਕਦੇ ਹਾਂ।
ਅਤੇ ਬਸ ਮੈਂ ਇੱਥੇ ਸਿੰਪਲ ਜਿਹਾ ਡਿਜ਼ਾਇਨ ਬਣਾ ਕੇ ਇਸ ਨੂੰ ਡੈਕੋਰੇਟ ਕਰ ਰਹੀ ਸੀਗੀ। ਅਤੇ ਇਸ ਤਰ੍ਹਾਂ ਆਪਾਂ ਕੋਈ ਵੀ ਜਿਵੇਂ ਕਰੋਕਰੀ ਦਾ ਜਾਂ ਕੋਈ ਪੁਰਾਣੀ ਚੀਜ਼ ਆ ਉਸ ਨੂੰ ਨਵਾਂ ਲੁੱਕ ਦੇ ਸਕਦੇ ਹਾਂ ਬਣਾ ਕੇ। ਇਸ ਤੋਂ ਇਲਾਵਾ ਮੈਂ ਰੱਖੇ ਹੋਏ ਸੀਗੀਆਂ ਦੋ ਚੀਜ਼ਾਂ ਹੋਰ, ਮੈਂ ਕਿਹਾ ਚਲੋ ਉਹਨਾਂ ਦਾ ਵੀ ਅੱਜ ਯੂਜ਼ ਕਰ ਹੀ ਲੈਂਦੀ ਹਾਂ, ਕਿਉਂਕਿ ਹੁਣ ਮੈਨੂੰ ਕੋਈ ਚੀਜ਼ ਨਹੀਂ ਲੱਭ ਰਹੀ ਸੀ ਜਿਸ 'ਤੇ ਮੈਂ ਕਲਰ ਕਰ ਲਾਂ। ਮੈਨੂੰ ਹੁਣ ਇਹ ਹੈ ਵੀ ਇਹ ਕਲਰ ਜਿਹੜੇ ਸੁੱਕ ਜਾਣੇ ਆ ਅਤੇ ਇਹਨਾਂ ਦਾ ਯੂਜ਼ ਕਰ ਲਾਂ ਬੈਸਟ। ਪਹਿਲਾਂ ਮੈਂ ਕੋਈ ਦੇਖ ਰਹੀ ਸੀ ਕੋਈ ਬੈੱਡਸ਼ੀਟ ਹੋਵੇ ਪਲੇਨ ਉਸ 'ਤੇ ਕਰ ਦਿੰਦੀ ਹਾਂ, ਪਰ ਮੈਨੂੰ ਕੋਈ ਨਹੀਂ ਲੱਭੀਗੀ, ਕੋਈ ਵੀ ਚਾਦਰ ਵਗੈਰਾ ਕੋਈ ਪੁਰਾਣੀ ਜਿਹੜੀ ਆ ਕੋਈ ਹੈ ਨਹੀਂ ਸੀਗੀ। ਸੂਟ ਤਾਂ ਮੈਂ ਕਿਹਾ ਮੈਂ ਪੇਂਟ ਕਰਦੀ ਨਹੀਂ, ਕਿਉਂਕਿ ਸੂਟ 'ਤੇ ਟਾਈਮ ਲੱਗ ਜਾਂਦਾ ਆ, ਫਿਰ ਉਸ ਵਾਸਤੇ ਟਾਈਮ ਚਾਹੀਦਾ ਹੁੰਦਾ ਆ ਸ਼ੇਡਿੰਗ ਵਗੈਰਾ ਕਰਨ ਵਾਸਤੇ। ਅਤੇ ਮੈਨੂੰ ਫਿਰ ਆਹ ਦੋ ਚੀਜ਼ਾਂ ਮਿਲੀਆਂ ਸੀਗੀਆਂ, ਮੈਂ ਕਿਹਾ ਚਲੋ ਇਹ ਕਰ ਦਿੰਦੀ ਹਾਂ। ਇਹ ਪਲੇਟ ਪਈ ਸੀਗੀ ਇਸ 'ਤੇ ਕਰ ਦਿੰਦੀ ਹਾਂ ਮੈਰੂਨ ਅਤੇ ਗ੍ਰੀਨ ਕਲਰ ਦਾ, ਨਾ ਗ੍ਰੀਨ ਕਲਰ ਨਾਲ ਮੈਂ ਸਾਈਡ 'ਤੇ ਡੈਕੋਰੇਸ਼ਨ ਜਿਹੀਆਂ ਪੱਤੀਆਂ ਜਿਹੀਆਂ ਬਣਾ ਤੀਆਂ, ਵਧੀਆ ਬਣ ਗਈ। ਇਹ ਦੇਖੋ ਵਿਚਾਲੇ ਮੈਂ ਲਾਤਾ ਸੀਗਾ ਸਿਲਵਰ ਕਲਰ ਦਾ ਸਟੋਨ, ਸਟੋਨ ਮੇਰੇ ਕੋਲ ਕਾਫੀ ਪਏ ਆ ਕਿਉਂਕਿ ਜਦੋਂ ਮੈਂ ਕਢਾਈ ਕਰਦੀ ਹੁੰਦੀ ਸੀ ਨਾ ਉਦੋਂ ਮੈਂ ਸਟੋਨ ਵਗੈਰਾ ਲਿਆ ਕੇ ਰੱਖਦੀ ਹੁੰਦੀ ਸੀ, ਉਹ ਹਜੇ ਵੀ ਪਏ ਮੇਰੇ ਕੋਲ ਸੰਭਾਲ ਕੇ ਰੱਖੇ ਆ। ਬਸ ਜਿਵੇਂ ਕੋਈ ਮਨਵੀਰ ਦੀਆਂ ਪ੍ਰੋਜੈਕਟ ਫਾਈਲਾਂ ਵਗੈਰਾ ਬਣਾਉਣੀਆਂ ਉਹਨਾਂ 'ਤੇ ਯੂਜ਼ ਹੋ ਜਾਂਦੇ ਸੀਗੇ। ਇਹ ਪਲੇਟ ਮੈਂ ਤਿਆਰ ਕਰ ਲਈ ਸੀਗੀ ਅਤੇ 10 ਕੁ ਮਿੰਟ ਮੇਰੇ ਕੋਲ ਹੋਰ ਸੀਗੇ। ਅਤੇ ਇਹ ਇੱਕ ਸੀਗਾ ਮੇਰੇ ਕੋਲ ਜਿਵੇਂ ਦੀਪਾਵਲੀ ਦਾ ਦੀਵਾ ਹੁੰਦਾ ਉਹ ਸੀਗਾ, ਹੈ ਨਾ, ਉਹ ਵੀ ਕਿਸੇ ਬੱਚੇ ਨੇ ਮੈਨੂੰ ਦਿੱਤਾ ਸੀਗਾ ਅਤੇ ਬਹੁਤ ਲੋਕਡਾਊਨ ਦਾ ਪਿਆ ਹੋਇਆ ਸੀ ਮੇਰੇ ਕੋਲ, ਬੜਾ ਸੰਭਾਲ ਕੇ ਰੱਖਿਆ ਹੋਇਆ ਸੀਗਾ। ਅਤੇ ਇੱਕ ਡਰਾਇੰਗ ਸੀਗੀ, ਇਹ ਵੀ ਬੱਚੇ ਨੇ ਡਰਾਅ ਕਰਕੇ ਦਿੱਤਾ ਹੋਇਆ ਸੀ ਮੈਨੂੰ, ਅਤੇ ਮੈਂ ਨਾ ਸੰਭਾਲ ਕੇ ਰੱਖੀ ਹੋਈ ਸੀਗੀ। ਮੈਨੂੰ ਇੱਦਾਂ ਚੀਜ਼ਾਂ ਦਾ ਬੜਾ ਸ਼ੌਂਕ ਰਹਿੰਦਾ ਜੋ ਆਪਾਂ ਨੂੰ ਬੱਚੇ ਬਣਾ ਕੇ ਦਿੰਦੇ ਉਹਨਾਂ ਨੂੰ ਸੰਭਾਲ ਕੇ ਰੱਖਣ ਦਾ। ਅਤੇ ਇੱਕ ਮੇਰੇ ਕੋਲ ਪਿਆ ਸੀਗਾ ਮੋਬਾਈਲ ਦਾ ਕਵਰ, ਫਰੇਮ ਜਿਹਾ ਪਿਆ ਸੀ ਆਹ, ਅਤੇ ਫਰੇਮ ਟਾਈਪ ਹੀ ਸੀਗਾ। ਮੈਂ ਕਿਹਾ ਚਲੋ ਅੱਜ ਇਹਦਾ ਵੀ ਯੂਜ਼ ਕਰ ਲੈਂਦੀ, ਨਾਲੇ ਕਲਰ ਯੂਜ਼ ਆ ਜਾਣਗੇ। ਅਤੇ ਫੈਵੀਕੋਲ ਤਾਂ ਮੈਂ ਬੜੀ ਮੁਸ਼ਕਿਲ ਨਾਲ ਡੰਡੀ ਜਿਹੀ ਨਾਲ ਕੱਢਿਆ ਕਲਰ ਦੀ ਨਾਲ, ਬਸ ਸੁੱਕਣ ਹੀ ਜਾ ਰਿਹਾ ਸੀਗਾ, ਬਸ ਵਾਹਵਾ ਟਾਈਮ ਦਾ ਹੋ ਗਿਆ ਨਾ। ਮਨਵੀਰ ਦੀ ਪ੍ਰੋਜੈਕਟ ਫਾਈਲਾਂ ਮੇਰੇ ਬਣਾਉਂਦੇ ਸੀ ਉਦੋਂ ਲਏ ਸੀਗਾ, ਅਤੇ ਫਿਰ ਮੈਂ ਸਟੋਨ ਸੀਗੇ ਲੱਭ ਲਏ ਅਤੇ ਇਹ ਮੈਂ ਕਿਹਦੇ ਵਿੱਚ ਪਾ ਕੇ ਲਾ ਕੇ ਡੈਕੋਰੇਟ ਕਰ ਦਿੰਦੀ ਹਾਂ। ਵੈਸੇ ਬਹੁਤ ਸੋਹਣਾ ਲੱਗ ਰਿਹਾ ਸੀਗਾ, ਕਿਉਂਕਿ ਬੱਚੇ ਵੀ ਨਾ ਖੁਸ਼ ਹੋ ਜਾਂਦੇ ਜਦੋਂ ਆਪਾਂ ਬੱਚੇ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਯਾਦਗਾਰ ਬਣਾ ਕੇ ਰੱਖਦੇ ਹਾਂ, ਸੇਵ ਕਰਕੇ ਰੱਖਦੇ ਹਾਂ, ਤਾਂ ਬੱਚਿਆਂ ਨੂੰ ਵੀ ਖੁਸ਼ੀ ਜਿਹੀ ਹੁੰਦੀ ਆ, ਉਹ ਵੀ ਮਿਹਨਤ ਕਰਦੇ ਆ ਨਾ। ਅਤੇ ਮੈਨੂੰ ਤਾਂ ਵੈਸੇ ਬਹੁਤ ਸ਼ੌਂਕ ਹੈ, ਮੈਨੂੰ ਕੋਈ ਵੀ ਬੱਚੇ ਜੋ ਟੀਚਰਸ ਡੇ 'ਤੇ ਗ੍ਰੀਟਿੰਗ ਦਿੰਦੇ ਸੀਗੇ, ਹੈ ਨਾ, ਜਾਂ ਹੋਰ ਵੀ ਕੋਈ ਬਰਥਡੇ ਦਾ ਐਨੀਵਰਸਰੀ ਦਾ ਬਣਾ ਕੇ ਦਿੰਦੇ ਸੀ, ਮੈਂ ਬਹੁਤ ਸੰਭਾਲ ਕੇ ਰੱਖਦੀ ਉਹਨਾਂ ਨੂੰ। ਜਦੋਂ ਬਿਲਕੁਲ ਐਂ ਨਾ ਖਰਾਬ ਹੋ ਜਾਂਦੇ ਸੀ, ਕਾਗਜ਼ ਇੱਕ ਨਾ ਇੱਕ ਦਿਨ ਤਾਂ ਖਰਾਬ ਹੁੰਦਾ ਹੀ ਆ, ਉਦੋਂ ਬਸ ਉਹਨਾਂ ਨੂੰ ਸਿੱਟਦੀ ਸੀ, ਨਹੀਂ ਤਾਂ ਮੈਨੂੰ ਬਹੁਤ ਸ਼ੌਂਕ ਸੀ ਮੈਂ ਮਤਲਬ ਇੱਦਾਂ ਦੀਆਂ ਯਾਦਾਂ ਨੂੰ ਸੰਭਾਲ ਕੇ ਰੱਖਣ ਦਾ। ਅਤੇ ਇੱਕ ਲੈਸ ਦਾ ਪੀਸ ਸੀਗਾ ਬਚਿਆ ਹੋਇਆ, ਸ਼ਾਇਦ ਮੰਮੀ ਦੀ ਚੁੰਨੀ ਨਾਲ ਲੈਸ ਬਚੀ ਸੀਗੀ, ਅਤੇ ਲਾ ਤਾਂ ਦੇਖੋ ਜੀ ਲਾ, ਦਿਵਾਲੀ ਦਾ ਪਹਿਲਾਂ ਹੀ ਤਿਆਰ ਹੋ ਗਿਆ ਅਤੇ ਇੱਥੇ ਹੈਪੀ ਦਿਵਾਲੀ ਦੇ ਵਿੱਚ ਕਲਰ ਕਰਨ ਵਾਲਾ ਰਹਿ ਗਿਆ। ਉਹ ਮੈਂ ਕਿਹਾ ਚਲੋ ਦੇਖਦੀ ਹਾਂ ਜੇ ਮੇਰੇ ਕੋਲ ਟਾਈਮ ਹੋਇਆ ਤਾਂ ਕਰ ਦੂੰਗੀ, ਪਰ ਪੀਸ ਮੈਨੂੰ ਬਹੁਤ ਸੋਹਣਾ ਲੱਗਿਆ, ਵਧੀਆ ਤਿਆਰ ਹੋ ਗਿਆ। ਇਹ ਡਰਾਇੰਗ ਜਿਹੜੀ ਸੀਗੀ ਇਹ ਵੀ ਵਧੀਆ ਤਿਆਰ ਹੋ ਗਈ। ਲਓ ਜੀ ਇਹ ਡੈਕੋਰੇਟ ਕਰਕੇ ਆਪਾਂ ਇੱਥੇ ਰੱਖਦੇ ਹਾਂ, ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਂਦੀ ਕਿਹੋ ਜਿਹਾ ਲੱਗਦਾ ਆ। ਆਹ ਵਾਲੇ ਆਪਾਂ ਇੱਥੇ ਡੈਕੋਰੇਟ ਕਰਕੇ ਰੱਖਤੀਆਂ ਦੋਨੇ ਚੀਜ਼ਾਂ, ਬੱਚੇ ਆ ਕੇ ਦੇਖਣਗੇ ਬੜੇ ਖੁਸ਼ ਹੋਣਗੇ। ਅਤੇ ਉੱਧਰ ਆਪਾਂ ਰੱਖਿਆ ਹੈਪੀ ਟੀਚਰਸ ਡੇ ਵਾਲਾ ਜਿਹੜਾ ਆ, ਇਹ ਸਾਰੇ ਬੱਚਿਆਂ ਦੇ ਦੁਆਰਾ ਬਣਾਈ ਗਈਆਂ ਹੋਈਆਂ ਚੀਜ਼ਾਂ ਆ। ਲਓ ਜੀ 15-20 ਮਿੰਟ ਮੇਰੇ ਕੋਲ ਟਾਈਮ ਸੀਗਾ, ਮੈਂ ਇਹ ਕੰਮ ਜਿਹੜਾ ਕਰ ਲਿਆ ਅਤੇ ਹੁਣ ਮੈਂ ਕਰਦੀ ਹਾਂ ਕਿਚਨ ਦੇ ਕੰਮ ਕਾਜ, ਕਿਉਂਕਿ ਫਿਰ ਹੋ ਜਾਣਾ ਟਿਊਸ਼ਨ ਦਾ ਟਾਈਮ ਜੀ। ਅਤੇ ਅੱਜ ਵਾਲਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗਿਆ ਜ਼ਰੂਰ ਦੱਸਿਓ ਜੀ, ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਕੇ ਦੱਸਿਓ ਜੀ, ਤੁਹਾਡੇ ਸਭ ਦੀ ਸਪੋਰਟ ਦੀ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ। ਅਤੇ ਅੱਜ ਵਾਲੇ ਵਲੌਗ ਦਾ ਆਪਾਂ ਐਂਡ ਕਰ ਰਹੇ ਹਾਂ ਜੀ, ਮਿਲਾਂਗੇ ਕੱਲ੍ਹ ਇੱਕ ਨਵੇਂ ਵਲੌਗ ਦੇ ਨਾਲ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਹੱਸਦੇ ਵਸਦੇ ਰਹੋ ਜੀ, ਖੁਸ਼ ਰਹੋ ਜੀ।